And now to grace the screen, we have our popular segment called Punjabi Virsa. Punjabi Virsa has become quite a household name. This segment features the beauty of the rich culture, tradition and heritage, and overall beauty of the state of Punjab. Let's see this upcoming delightful Punjabi Virsa to be presented here by Lucky and Kaval. ਪੰਜਾਬੀ ਵਿਰਸਾ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੀ ਟੀਮ ਦੇ ਦੋ ਮੈਂਬਰਸ ਇੱਥੇ ਨਹੀਂ ਹੈ, ਪਰ ਉਹ ਅਗਲੀ ਵਾਰੀ ਜ਼ਰੂਰ ਹਾਜ਼ਰ ਹੋਣਗੇ ਅਤੇ ਉਹਨਾਂ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਨੇ ਜੀ ਕਰਦਾ ਇਹ ਸਾਥ ਨਾ ਮੁੱਕੇ, ਯਾਰਾਂ ਇਹ ਮੁਲਾਕਾਤ ਨਾ ਮੁੱਕੇ, ਪਿਆਰ ਭਰੀ ਸਾਡੀ ਬਾਤ ਨਾ ਮੁੱਕੇ, ਸੁਪਨਿਆਂ ਦੀ ਇਹ ਸੁਗਾਤ ਨਾ ਮੁੱਕੇ, ਮੁੱਕਦੀ ਜਿੰਦ ਜਾਨ ਤਾਂ ਮੁੱਕ ਜਾਵੇ ਪਰ ਤੁਹਾਡਾ ਸਾਡਾ ਪਿਆਰ ਨਾ ਮੁੱਕੇ। ਅਤੇ ਤੁਸੀਂ ਇਸ ਤੋਂ ਅੰਦਾਜ਼ਾ ਲਗਾਇਆ ਹੀ ਹੋਏਗਾ ਕਿ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਪਿਆਰ ਦੀ, ਪ੍ਰੇਮ ਦੀ। ਅਤੇ ਅਸੀਂ ਤੁਹਾਨੂੰ ਲੈ ਚੱਲਾਂਗੇ ਉਹਨਾਂ ਲੋਕ ਕਥਾਵਾਂ ਵੱਲ, ਉਹਨਾਂ ਲਵ ਲੈਜੈਂਡਸ ਵੱਲ, ਪੰਜਾਬ ਦੇ ਮਸ਼ਹੂਰ ਲਵ ਲੈਜੈਂਡਸ ਜਿਹੜੇ ਹੋਏ ਨੇ। ਅਤੇ ਅੱਜ ਅਸੀਂ ਸਭ ਤੋਂ ਪਹਿਲੇ ਗੱਲ ਕਰਾਂਗੇ ਪਿਆਰ ਵਾਲੇ ਜੋੜੇ ਦੀ, ਸੱਸੀ ਪੁੰਨੂ ਦੀ। ਬਿਲਕੁਲ। ਅਤੇ ਸੱਸੀ ਪੁੰਨੂ ਜਿਨ੍ਹਾਂ ਦਾ ਪਿਆਰ ਬੜਾ ਹੀ ਰੂਹਾਨੀ ਸੀ, ਬੜਾ ਹੀ ਗੂੜਾ ਸੀ। ਸੱਸੀ ਇੱਕ ਰਾਜੇ ਕਿ ਰਾਜਾ ਆਦਮ ਖਾਨ ਜੋ ਭੰਬੋਰ ਦੇ ਰਾਜਾ ਸੀ, ਉਹਨਾਂ ਦੀ ਬੇਟੀ ਸੀ। ਬੜੇ ਹੀ ਸਾਲਾਂ ਬਾਅਦ ਉਹਨਾਂ ਦੇ ਘਰ ਔਲਾਦ ਹੋਈ ਅਤੇ ਉਹ ਰਾਜਾ ਰਾਣੀ ਬੜੇ ਹੀ ਖੁਸ਼ ਸਨ ਕਿ ਉਹਨਾਂ ਦੇ ਘਰ ਬੇਟੀ ਜਨਮੀ ਹੈ। ਬੜੇ ਜਸ਼ਨ ਮਨਾਏ, ਜੋਸ਼ੀ ਨੂੰ ਬੁਲਾਇਆ ਗਿਆ ਅਤੇ ਟੇਵਾ ਪੜਵਾਇਆ ਗਿਆ। ਅਤੇ ਜੋਸ਼ੀ ਕਹਿੰਦਾ ਕਿ ਟੇਵਾ ਪੜ੍ਹ ਕੇ ਕਹਿੰਦਾ ਕਿ ਇਹ ਕੁੜੀ ਵੱਡੀ ਹੋ ਕੇ ਕੁੱਲ ਦਾ ਨਾਮ ਬਦਨਾਮ ਕਰੇਗੀ, ਰਸਵਾਈ ਹੋਏਗੀ ਤੁਹਾਡੀ। ਰਾਜਾ ਰਾਣੀ ਵਿਚਾਰੇ ਬੜੇ ਉਦਾਸ ਹੋ ਗਏ, ਸੋਚਾਂ ਵਿੱਚ ਪੈ ਗਏ ਕੀ ਕੀਤਾ ਜਾਏ। ਫਿਰ ਸੋਚਿਆ ਕਿ ਬੇਟੇ ਨੂੰ ਸੰਦੂਕ ਵਿੱਚ ਪਾ ਕੇ ਨਦੀ ਵਿੱਚ ਰੋੜ ਦਿੱਤਾ ਜਾਏ। ਕਿਸੇ ਨੇ ਬੜਾ ਸੋਹਣਾ ਲਿਖਿਆ, ਬਾਬਲ ਤੀ ਆਪਣੀ ਤੇ ਵੇਖੋ ਕਿੰਨਾ ਕਹਿਰ ਕਮਾਵੇ, ਰੱਖ ਵਿੱਚ ਸੰਦੂਕ ਦੇ ਆਪਣੇ ਹੱਥੀਂ ਜੰਦਰਾ ਲਾਵੇ, ਅੱਜ ਤੀ ਇੱਕ ਰਾਜੇ ਦੀ ਲੋਕੋਂ ਨਦੀ 'ਚ ਰੁੜਦੀ ਜਾਵੇ। ਇਹ ਜਿੰਨੀਆਂ ਵੀ ਲੋਕ ਕਥਾਵਾਂ ਹੋਈਆਂ ਨੇ ਉਹ ਸਾਰੇ ਔਥਰਸ ਨੇ ਡਿਫਰੈਂਟ ਡਿਫਰੈਂਟ ਹੋਰ ਆਪਣੇ ਹਿਸਾਬ ਨਾਲ ਲਿਖੀਆਂ। ਬਿਲਕੁਲ। ਅਤੇ ਇਹਦਾ ਇੱਕ ਹੋਰ ਵੀ ਇੱਕ ਪ੍ਰਚਲਿਤ ਵੇਰਵਾ ਹੈਗਾ, ਹਾਂਜੀ, ਕਿ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਕੁੜੀ ਉਹਨਾਂ ਦੇ ਕੁੱਲ ਦਾ ਨਾਂ ਬਦਨਾਮ ਕਰੇਗੀ, ਉਹਨਾਂ ਨੇ ਉਹ ਕਹਿੰਦਾ ਮੈਂ ਇਸ ਕੁੜੀ ਨੂੰ ਮਾਰ ਦਿਆਂਗਾ। ਅੱਛਾ। ਤੇ ਵਜ਼ੀਰ ਨੇ ਕਿਹਾ ਕਿ ਤੂੰ ਕਿਉਂ ਆਪਣੇ ਹੱਥ ਖੂਨ ਨਾਲ ਗੰਦੇ ਕਰਨਾ? ਅੱਛਾ ਅੱਛਾ। ਤਾਂ ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਇੱਕ ਸੰਦੂਕ 'ਚ ਪਾਓ, ਨਾਲੇ ਥੋੜ੍ਹੇ ਹੀਰੇ ਜਵਾਹਰਾਤ ਰੱਖ ਦਿਓ ਅਤੇ ਇਹਨੂੰ ਤੁਸੀਂ ਨਦੀ 'ਚ ਬਹਾ ਦਿਓ। ਠੀਕ ਹੈ। ਅਤੇ ਤਾਂ ਕਰਕੇ ਉਹ ਕੁੜੀ ਬਹਿ ਗਈ। ਬਿਲਕੁਲ ਠੀਕ ਹੈ। ਅਤੇ ਉਸ ਤੋਂ ਬਾਅਦ ਉਹ ਬਹਿੰਦੇ ਬਹਿੰਦੇ ਪਹੁੰਚੀ ਇੱਕ ਧੋਬੀ ਘਾਟ 'ਤੇ, ਉਹ ਸੰਦੂਕ ਪਹੁੰਚ ਗਿਆ ਧੋਬੀ ਘਾਟ 'ਤੇ, ਉੱਥੇ ਇੱਕ ਧੋਬੀ ਸੀਗਾ, ਉਹਦਾ ਨਾਮ ਸੀ ਅੱਤਾ ਧੋਬੀ। ਉਹਨੇ ਜਦੋਂ ਸੰਦੂਕ ਦੇਖਿਆ, ਉਹਨੇ ਉਹ ਸੰਦੂਕ ਨੂੰ ਕੱਢਿਆ ਅਤੇ ਉਹਨੂੰ ਗਲਵੱਕੜੀ ਪਾ ਲਈ। ਅੱਛਾ। ਅਤੇ ਉਹਦੇ 'ਚ ਉਹਨੂੰ ਆਵਾਜ਼ ਆਈ ਕਿਸੇ ਦੇ ਰੋਣ ਦੀ। ਉਹਨੇ ਜਦੋਂ ਸੰਦੂਕ ਖੋਲ੍ਹਿਆ, ਉਹਦੇ 'ਚ ਇੱਕ ਬੜੀ ਜਿਹੀ ਸੋਹਣੀ ਜਿਹੀ ਕੁੜੀ ਅਤੇ ਨਾਲ ਬਹੁਤ ਸਾਰੇ ਹੀਰੇ ਜਵਾਹਰਾਤ ਸੀਗੇ ਉਹਦੇ ਕੋਲ। ਉਹ ਹੀਰੇ ਜਵਾਹਰਾਤ ਦੇਖ ਕੇ ਅਤੇ ਬੱਚਾ ਦੇਖ ਕੇ ਉਹ ਤਾਂ ਨਿਹਾਲ ਹੀ ਹੋ ਗਿਆ। ਬਿਲਕੁਲ, ਰੱਬ ਦੀ ਦੇਣ। ਬਿਲਕੁਲ। ਉਹਨੇ ਕਿਹਾ ਕਿ ਉਹਨੂੰ ਆਪਣੀ ਵਾਈਫ ਕੋਲ ਲੈ ਗਿਆ, ਆਪਣੀ ਬੀਵੀ ਕੋਲ ਲੈ ਗਿਆ ਅਤੇ ਉਹਨੂੰ ਕਹਿੰਦਾ ਕਿ ਦੇਖ ਸਾਨੂੰ ਰੱਬ ਨੇ ਦੇਣ ਦਿੱਤੀ ਹੈਗੀ ਹੈ ਅਤੇ ਅਸੀਂ ਇਹਨੂੰ ਵੱਡਾ ਕਰਨੇ ਹਾਂ। ਇਹਦੇ 'ਚ ਇੱਕ ਹੋਰ ਇਹਦਾ ਵਰਜ਼ਨ ਵੀ ਹੈਗਾ ਕਿ ਉਹ ਜਦੋਂ ਆਪਣੀ ਵੋਟੀ ਕੋਲ ਲੈ ਕੇ ਜਾਂਦਾ ਸੰਦੂਕ ਨੂੰ ਅਤੇ ਵੋਟੀ ਕਹਿੰਦੀ ਅਸੀਂ ਸਮਾਜ ਨੂੰ ਕਿਸ ਤਰ੍ਹਾਂ ਦੱਸਾਂਗੇ ਬੇਟੀ ਸਾਡੇ ਕੋਲ ਕਿੱਥੋਂ ਆਈ? ਅਤੇ ਉਹ ਕਹਿੰਦੀ ਮੈਂ ਆਪਣੇ ਭਰਾ ਦੇ ਘਰ ਚਲੀ ਜਾਂਦੀ, ਕੁਛ ਮਹੀਨੇ ਬਾਅਦ ਆਵਾਂਗੀ ਅਤੇ ਕਹਾਂਗੀ ਮੇਰੀ ਬੇਟੀ ਪੈਦਾ ਹੋਈ। ਅਤੇ ਇਸ ਤਰ੍ਹਾਂ ਫਿਰ ਸੱਸੀ ਉਸ ਧੋਬੀ ਅੱਤੇ ਦੇ ਘਰ ਪੱਲਣ ਵਧਣ ਲੱਗੀ ਅਤੇ ਬੜੀ ਹੀ ਸੋਹਣੀ ਨਿਕਲੀ, ਉਹਦੀ ਸੁੰਦਰਤਾ ਦੇ ਚਰਚੇ ਬੜੀ ਬੜੀ ਜਗ੍ਹਾ ਧੁੰਮਾਂ ਮਚਾ ਰਹੇ ਸੀ। ਅਤੇ ਇੱਕ ਜਗ੍ਹਾ ਸੀਗਾ ਕਿਛ ਮਕਰਾਨ, ਉਹਦੇ ਰਾਜੇ ਦਾ ਪੁੱਤਰ ਸੀ, ਬੜਾ ਗੱਭਰੂ ਜਵਾਨ ਪੁੱਤਰ ਸੀ ਪੁੰਨੂ। ਉਹਨੇ ਵੀ ਸੁਣਿਆ ਉਹਦੇ ਸੁੰਦਰਤਾ ਦੇ ਕਿੱਸੇ ਅਤੇ ਉਹਨੂੰ ਵੀ ਬਹੁਤ ਮਨ ਕੀਤਾ ਕਿ ਉਹ ਜਾ ਕੇ ਸੱਸੀ ਨੂੰ ਮਿਲੇ। ਅਤੇ ਉਹਨੇ ਫਿਰ ਸੁਦਾਗਰ ਦਾ ਵੇਸ ਬਣਾਇਆ, ਆਪਣੇ ਨਾਲ ਇੱਕ ਕਾਫਲਾ ਲਿੱਤਾ ਅਤੇ ਉਹ ਚੱਲ ਪਿਆ ਜੀ ਭੰਬੋਰ ਸੱਸੀ ਨੂੰ ਮਿਲਣ। ਅਤੇ ਕਹਿੰਦੇ ਨੇ ਜਿਸਾ ਹੀ ਉਹਨੇ ਸੱਸੀ ਨੂੰ ਵੇਖਿਆ ਅਤੇ ਸੱਸੀ ਨੇ ਪੁੰਨੂ ਨੂੰ ਵੇਖਿਆ, ਉਹ ਇੱਕ ਦੂਜੇ ਨਾਲ ਪਿਆਰ ਇੱਕਦਮ ਕਰਨ ਲੱਗ ਗਏ। ਉਹਨਾਂ ਦਾ ਜਿਸ ਤਰ੍ਹਾਂ ਰੂਹਾਂ ਜੁੜ ਜਾਂਦੀਆਂ ਆਪਸ ਦੇ ਨਾਲ, ਪਿਆਰ ਹੋ ਗਿਆ। ਬਿਲਕੁਲ ਜੀ, ਉਸੇ ਤਰ੍ਹਾਂ ਉਹਨਾਂ ਦਾ ਪਿਆਰ ਇੱਕਦਮ ਸ਼ੁਰੂ ਹੋ ਗਿਆ। ਇਹਦੇ 'ਚ ਇੱਕ ਹੋਰ ਉਹਨਾਂ ਨੇ ਇੱਕ ਹੋਰ ਕਥਾ ਹੈਗੀ ਹੈ, ਹਾਂਜੀ, ਕਿ ਜਦੋਂ ਰਾਜੇ ਨੂੰ ਪਤਾ ਲੱਗਿਆ ਸੱਸੀ ਦੇ ਬਿਊਟੀਫੁਲ ਇੰਨੇ ਸੋਹਣੇ ਹੋਣ ਦਾ, ਉਹਦੇ ਰੂਪ ਦਾ, ਉਹਨੇ ਉਹਨੂੰ ਬੁਲਾਇਆ, ਉਹ ਵਿਆਹ ਕਰਨਾ ਚਾਹੁੰਦਾ ਸੀ ਉਹਦੇ ਨਾਲ। ਪਰ ਜਦੋਂ ਰਾਣੀ ਨੇ ਦੇਖਿਆ
ਕਿ ਉਹਦੇ ਗਲੇ ਦੇ ਵਿੱਚ ਤਵੀਤ ਹੈਗੀ ਹੈ, ਇਹ ਉਹੀ ਤਵੀਤ ਹੈ ਜਿਹੜੀ ਉਸ ਕੁੜੀ ਦੀ ਤਵੀਤ ਸੀਗੀ ਉਹ ਜੋ ਉਹਨਾਂ ਨੇ ਜੋ ਸੰਦੂਕ ਵਿੱਚ ਪਾਇਆ ਸੀ ਤਾਂ ਪਾਈ ਸੀ। ਹਾਂਜੀ ਠੀਕ ਹੈ ਠੀਕ ਹੈ। ਤੇ ਉਹਨੇ ਕਿਹਾ ਇਹ ਤੇ ਸਾਡੀ ਕੁੜੀ ਹੈ, ਤੇ ਉਹਨੇ ਕਿਹਾ ਇਹ ਤੇ ਸਾਡੀ ਕੁੜੀ ਹੈ, ਤੇ ਉਹਨੇ ਕੁੜੀ ਨੂੰ ਕਿਹਾ ਕਿ ਇਹਨੂੰ ਸਾਨੂੰ ਦੇ ਦਿਓ। ਪਰ ਸੱਸੀ ਨੇ ਕਿਹਾ ਨਹੀਂ, ਮੈਂ ਤੁਹਾਡੇ ਕੋਲ ਨਹੀਂ ਰਹਿਣਾ, ਮੈਂ ਜਿਨ੍ਹਾਂ ਨੇ ਮੇਰੇ ਪੇਰੈਂਟਸ ਨੇ ਜਿਹੜੇ ਜਿਨ੍ਹਾਂ ਨੇ ਮੈਨੂੰ ਪਾਲਿਆ ਪੋਸਿਆ ਮੈਂ ਉਹਨਾਂ ਕੋਲ ਹੀ ਰਹਾਂਗੀ। ਬਿਲਕੁਲ। ਤੇ ਉਸ ਬਾਗ ਵਿੱਚ ਉਹਨੇ ਪੁੰਨੂ ਦੀ ਤਸਵੀਰ ਦੇਖੀ ਤੇ ਉਹ ਤਸਵੀਰ ਦੇਖਦੇ ਹੀ ਮੋਹਿਤ ਹੋ ਗਈ ਉਹਦੇ ਤੇ, ਤਾਂ ਫਿਰ ਉਹਨੂੰ ਉਹਨੇ ਪੁੰਨੂ ਨੂੰ ਲੱਭਿਆ। ਪੁੰਨੂ ਨੂੰ ਲੱਭਿਆ, ਠੀਕ ਹੈ। ਤੇ ਇਸੇ ਤਰ੍ਹਾਂ ਫਿਰ ਸੱਸੀ ਵੱਡੀ ਹੋਈ ਤੇ ਉਹਨਾਂ ਦਾ ਪਿਆਰ ਜੋ ਸੱਸੀ ਔਰ ਪੁੰਨੂ ਦਾ ਪਿਆਰ ਬਹੁਤ ਗੂੜਾ ਹੁੰਦਾ ਗਿਆ ਤੇ ਆਪਸ ਵਿੱਚ ਉਹ ਵਿਆਹ ਕਰਨਾ ਚਾਹੁੰਦੇ ਸੀ। ਪਰ ਜੋ ਅੱਤਾ ਧੋਬੀ ਸੀ ਉਹ ਕਹਿੰਦਾ ਕਿ ਨਹੀਂ ਮੈਂ ਤੇ ਸੱਸੀ ਵਾਸਤੇ ਧੋਬੀ ਲੱਭਣਾ, ਉਹਨੇ ਮਨਾ ਕਰਤਾ ਪਰ ਹੌਲੀ ਹੌਲੀ ਫਿਰ ਮੰਨ ਗਿਆ। ਤੇ ਜਦੋਂ ਪੁੰਨੂ ਤੇ ਸੱਸੀ ਦੇ ਵਿਆਹ ਦੀ ਚਰਚਾ ਪਹੁੰਚੀ ਉਹਦੇ ਕਿਚ ਮਕਾਨ ਦੇ ਰਾਜੇ ਕੋਲ ਤੇ ਰਾਜਾ ਤੇ ਬੜਾ ਗੁੱਸਾ ਹੋਇਆ। ਬਿਲਕੁਲ। ਉਹਨੇ ਆਪਣੇ ਦੂਸਰੇ ਪੁੱਤਰਾਂ ਨੂੰ ਭੇਜਿਆ ਕਿ ਜਾ ਕੇ ਵਿਆਹ ਰੁਕਵਾਓ, ਕਿਉਂਕਿ ਕਿੱਥੇ ਰਾਜੇ ਦਾ ਪੁੱਤਰ ਤੇ ਕਿੱਥੇ ਧੋਬੀ ਦੀ ਕੁੜੀ, ਉਹ ਵਿਆਹ ਨਹੀਂ ਹੋ ਸਕਦਾ। ਰਾਜੇ ਦੇ ਪੁੱਤਰਾਂ ਨੇ ਆਏ, ਉਹਨਾਂ ਨੇ ਕੋਸ਼ਿਸ਼ ਕੀਤੀ ਮਨਾਉਣ ਦੀ ਪਰ ਪੁੰਨੂ ਨੇ ਕਿੱਥੇ ਮੰਨਣਾ ਸੀ, ਉਹਨਾਂ ਦਾ ਪਿਆਰ ਹੀ ਇੰਨਾ ਸੋਹਣਾ ਸੀਗਾ। ਅਤੇ ਫਿਰ ਉਹਨਾਂ ਨੇ ਉਹ ਭਰਾਵਾਂ ਨੇ ਦਿਖਾਵਾ ਕੀਤਾ ਕਿ ਅਸੀਂ ਤੇਰੇ ਵਿਆਹ 'ਤੇ ਬੜੇ ਖੁਸ਼ ਹੈਗੇ ਹਾਂ। ਬਿਲਕੁਲ। ਅਤੇ ਉਹਨੂੰ ਇੰਨੀ ਸ਼ਰਾਪ ਲਾਈ ਕਿ ਉਹ ਵਿਚਾਰਾ ਬੇਹੋਸ਼ ਹੀ ਹੋ ਗਿਆ। ਬਿਲਕੁਲ। ਅਤੇ ਉੱਧਰੋਂ ਸੱਸੀ ਤਾਂ ਨੀਂਦਰ ਵਿੱਚ ਸੀਗੀ ਅਤੇ ਉਹ ਸੁੱਤੀ ਪਈ ਸੀ ਅਤੇ ਉਹਨੂੰ ਉਹਦੇ ਭਰਾ ਪੁੰਨੂ ਨੂੰ ਊਂਟ 'ਤੇ ਲੱਦ ਕੇ ਲੈ ਗਏ। ਅਤੇ ਇੱਥੇ ਚਾਰ ਲਾਈਨਾਂ ਹੈਗੀਆਂ ਨੇ। ਜੀ। ਸੁਣ ਲੈ ਗੱਲ ਸੱਸੀਏ, ਸੱਚ ਦੱਸੀਏ, ਯਾਰ ਛੱਡ ਗਿਆ ਤੇਰਾ, ਤੈਨੂੰ ਅੱਧੀ ਰਾਤ ਨੂੰ ਤੇਰੀ ਜਾਤ ਨੂੰ ਨਿੰਦਰਾ ਨੇ ਪਾ ਲਿਆ ਘੇਰਾ। ਵਾਹ ਜੀ ਵਾਹ। ਅਤੇ ਦੇਖੋ ਹੁਣ ਸੱਸੀ ਉੱਠੀ, ਉਹਨੇ ਦੇਖਿਆ ਪੁੰਨੂ ਨੇ, ਉਹ ਤਾਂ ਬਾਵਲੀ ਜਿਹੀ ਹੋ ਗਈ ਅਤੇ ਚੱਲ ਪਈ, ਤੁਰ ਪਈ, ਦੌੜ ਪਈ ਰੇਤ ਵਿੱਚ ਗਰਮ ਤੱਤੀ ਲੋ ਵਿੱਚ। ਉਹਨੂੰ ਨਾ ਗਰਮੀ ਦਾ ਪਤਾ ਨਾ ਭੁੱਖ ਦਾ, ਦੌੜੀ ਪੁੰਨੂ ਪੁੰਨੂ ਕਹਿੰਦੀ ਉਹ ਲੱਭਣ ਚਲੀ ਗਈ। ਅਤੇ ਰਸਤੇ ਵਿੱਚ ਉਹਨੂੰ ਇੱਕ ਚਰਵਾਹਾ ਮਿਲਦਾ ਬੜੇ ਮੀਲਾਂ ਬਾਅਦ, ਉਹਦੇ ਕੋਲ ਪਾਣੀ ਮੰਗਦੀ ਹੈ। ਚਰਵਾਹੇ ਨੇ ਬੁਰੀ ਬੁਰੀ ਨਜ਼ਰ ਪਾਈ ਕਿ ਬੜੀ ਸੋਹਣੀ ਜੋ ਸੀ ਸੱਸੀ, ਅਤੇ ਸੱਸੀ ਨੇ ਮੁਰਾਦ ਮੰਗੀ ਕਿ ਧਰਤੀ ਫੱਟ ਜਾਏ ਅਤੇ ਮੈਂ ਉੱਥੇ ਹੀ ਮਰ ਜਾਵਾਂ, ਅਤੇ ਰੱਬ ਨੇ ਉਹਦੀ ਮੁਰਾਦ ਵੀ ਸੁਣ ਲਈ। ਅਤੇ ਨਾਲੇ ਉੱਧਰੋਂ ਪੁੰਨੂ ਵੀ ਜਾਗ ਗਿਆ ਅਤੇ ਉਹਨੇ ਵੀ ਲੱਭਣਾ ਸ਼ੁਰੂ ਕੀਤਾ ਸੱਸੀ ਨੂੰ। ਉਹਨੇ ਜਦੋਂ ਸੱਸੀ ਦੀ ਚੀਕਾਂ ਸੁਣੀਆਂ ਅਤੇ ਚਰਵਾਹੇ ਨੇ ਉਹਨਾਂ ਦਾ ਪਿਆਰ ਦੇ ਬਾਰੇ ਉਹਨੂੰ ਦੱਸਿਆ ਕਿ ਸੱਸੀ ਇੱਥੇ ਹੀ ਹੈਗੀ ਹੈ, ਉਹ ਤਾਂ ਪਾਗਲ ਹੋ ਗਿਆ। ਅਤੇ ਉਹਨੇ ਕਿਹਾ ਮੈਂ ਸੱਸੀ ਦੇ ਨਾਲ ਹੀ ਮਰ ਜਾਣਾ ਹੈਗਾ ਅਤੇ ਮੈਂ ਇੱਥੇ, ਅਤੇ ਦੋਨਾਂ ਦਾ ਉੱਥੇ ਹੀ, ਉਹਨਾਂ ਦਾ ਕਬਰਾਂ ਵੀ ਹੈਗੀਆਂ ਨੇ, ਦੋਨੋਂ ਉੱਥੇ ਹੀ ਸਮਾ ਗਏ। ਬਿਲਕੁਲ। ਅਸੀਂ ਚਾਹਵਾਂਗੇ ਕਿ ਸਾਡੇ ਬੱਚੇ ਆਪਣਾ ਪਿਆਰ ਹਮੇਸ਼ਾ ਉਹਨਾਂ ਨੂੰ ਮਿਲੇ ਅਤੇ ਉਹ ਹਮੇਸ਼ਾ ਖੁਸ਼ ਰਹਿਣ। ਇਸੇ ਤਰ੍ਹਾਂ ਤੁਸੀਂ ਲੋਕ ਸਭ ਨੂੰ ਪਿਆਰ ਕਰਦੇ ਰਹੋ, ਪਿਆਰ ਵਟਾਉਂਦੇ ਰਹੋ, ਅਤੇ ਪੰਜਾਬੀ ਵਿਰਸਾ ਦੀ ਟੀਮ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਦੋ ਜਿਸਮ ਇੱਕ ਜਾਨ ਤਾਂ ਹੀ ਕਹਿੰਦੇ ਨੇ ਸਸ